ਵਾਲੇ ਦੀ ਵੇਵਕਤੀ ਮੌਤ ਤੋਂ ਬਾਅਦ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਫੇਸਬੁੱਕ ਉੱਪਰ ਕਾਫੀ ਸਾਰੀਆਂ ਪੋਸਟਾਂ ਪਾ ਕੇ ਆਪਣੇ ਦੁੱਖ ਨੂੰ ਪ੍ਰਗਟ ਕੀਤਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਵੀਡੀਓ ਵਿੱਚ ਆਪਣਾ ਦੁੱਖ ਸਾਂਝਾ ਕੀਤਾ ਹਰਨੇਕ ਸਿੰਘ ਨਿਊਜ਼ੀਲੈਂਡ ਵੱਲੋਂ ਇੱਕ ਪੋਸਟ ਵਿੱਚ ਕਿਹਾ ਗਿਆ ਕਿ ਕੋਈ ਸ਼ੱਕ ਨਹੀਂ ਹੈ ਜੀ ਸਿੱਧੂ ਮੂਸੇਵਾਲੇ ਦਾ ਸਿਆਸੀ ਕਤਲ ਕਰਕੇ ਗੈਂਗਸਟਰਾਂ ਦੇ ਹਿੱਸਾ ਦੀ ਹਿੰਸਾ ਦੀ ਆੜ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਦੂਜੀ ਪੋਸਟ ਵਿੱਚ ਉਹ ਕਹਿੰਦੇ ਨੇ ਅੱਜ ਇੱਕ ਤਿੱਖੀ ਤੇ ਸੱਚੀ ਕਲਮ ਟੁੱਟ ਗਈ ਸੱਚ ਬੋਲਣ ਦੀ ਸਜ਼ਾ ਮਿਲੀ ਆ ਮੂਸੇ ਵਾਲੇ ਨੂੰ ਤੀਜੀ ਪੋਸਟ ਵਿੱਚ ਉਹ ਕਹਿੰਦੇ ਆ ਜਦੋਂ ਕਿਸੇ ਮਾਂ ਦਾ ਪੁੱਤ ਕਤਲ ਹੁੰਦਾ ਉਸ ਲਈ ਉਹ ਦਿਨ ਕਿਸੇ ਘੱਲੂ ਘਾਰੇ ਤੋਂ ਘੱਟ ਨਹੀਂ ਇੱਕ ਹੋਰ ਪੋਸਟ ਉਹਨਾਂ ਨੇ ਪਾਈ ਹੈ ਜਿਦੇ ਵਿੱਚ ਉਹ ਕਹਿੰਦੇ ਆ ਕਿ ਅੱਜ ਮੂਸੇ ਵਾਲਾ ਸਭ ਤੋਂ ਵੱਡਾ ਟ੍ਰੈਂਡ ਸੈੱਟ ਕਰ ਗਿਆ ਵੀ ਸਾਰੇ ਗੌਣ ਵਾਲੇ ਕੰਜਰ ਨਹੀਂ ਹੁੰਦੇ ਕਈ ਗੱਡਸ ਰੱਖਣ ਵਾਲੇ ਵੀ ਲੇਜੈਂਡ ਵੀ ਹੁੰਦੇ ਆ ਲਵ ਯੂ ਮੂਸੇ ਵਾਲਿਆ ਹਰ ਸਾਹ ਨਾਲ ਧਣਕੇਗਾ ਦਿਲ ਵਿੱਚ ਇੱਕ ਹੋਰ ਪੋਸਟ ਜੋ ਕਿ ਕੁਲਦੀਪ ਸਿੰਘ ਦੀਪਾ ਵੱਲੋਂ ਲਿਖੀ ਗਈ ਹੈ ਜਿਹਨੂੰ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਸ਼ੇਅਰ ਕੀਤਾ ਜਿਹਦੇ ਵਿੱਚ ਉਹ ਕਹਿੰਦੇ ਆ ਮੂਸੇ ਵਾਲਾ ਲਾਸਟ ਰਾਈਡ ਸ਼ੁਭਦੀਪ ਸਿੱਧੂ ਦਾ ਜਿੰਨਾ ਨਵਾਂ ਲਿਖਿਆ ਹਾਲੇ ਕਾਪੀਆਂ 'ਚ ਹੀ ਪਿਆਏ ਉਹਨੂੰ ਗਾਉਣ ਲਈ ਵੀ ਕੋਈ ਖਾਸ ਹੀ ਹੱਥ ਪਾਉਣ ਦਾ ਜਿਗਰਾ ਕਰੂ ਕਿਉਂਕਿ ਇਹ ਸੌਦਾ ਮਹਿੰਗਾ ਬਹੁਤ ਆ ਕੁਲਦੀਪ ਸਿੰਘ